ਤਾਂ ਸਿਰਫ ਹੁਣ ਤੱਕ ਸਾਨੂੰ ਲੋਲੀਪੌਪ ਹੀ ਦਿੱਤੇ ਆ ਚੰਨੀ ਸਰਕਾਰ ਨੇ। ਚੰਨੀ ਸਰਕਾਰ ਘਰ ਘਰ ਬੂਹਾ ਖੜਕਾਉਂਦੇ ਆ ਚਾਹ ਦੇ ਲਈ, ਕਰੇ ਸਾਡੇ ਐਨਐਚਐਮ ਦਾ ਦਰਵਾਜ਼ਾ ਖੜਕਾ ਕੇ ਦੇਖਣ ਤੇ ਅਸੀਂ ਉਹਨਾਂ ਨੂੰ ਪੂਰੀ ਬਾਲਟੀ ਹੋਈ ਚਾਹ ਦੀ ਪਿਲਾ ਦਾਂਗੇ। 18-18, 20-20 ਸਾਲ ਹੋ ਗਿਆ ਸਾਨੂੰ ਇੱਥੇ ਕੰਮ ਕਰਦਿਆਂ ਨੂੰ, ਸਾਨੂੰ ਕਰੋਨਾ ਯੋਧਿਆਂ ਦਾ ਵੀ ਟੈਗ ਦਿੱਤਾ। ਸਰਕਾਰਾਂ ਆਉਂਦੀਆਂ ਨੇ ਬਦਲਦੀਆਂ ਨੇ, ਕਾਂਗਰਸ ਆ ਗਈ, ਅਕਾਲੀ ਆ ਗਏ, ਕਦੇ ਕਾਂਗਰਸ ਆ ਗਈ, ਇਹੀ ਆ ਰਹੀਆਂ ਨੇ ਨਾ। ਇਹਨਾਂ ਨੇ ਸਾਨੂੰ ਹਮੇਸ਼ਾ ਹੀ ਬੇਵਕੂਫ ਬਣਾਇਆ, ਕਾਨੂੰਨ ਬਣਾਇਆ, 36,000 ਮੁਲਾਜ਼ਮ ਕੀਤੇ, ਸਾਨੂੰ ਉਸ ਐਕਟ ਦੇ ਵਿੱਚ ਪਾਇਆ ਹੀ ਨਹੀਂ। ਸਾਡੇ 15,000 ਮੁਲਾਜ਼ਮ ਨਾ ਲਿਸਟ ਵਿੱਚ ਹੀ ਨਹੀਂ ਹੈਗੇ। ਉਹਨਾਂ ਨੇ ਸਿਰਫ ਇੱਕ ਮਸ਼ਹੂਰੀ ਕੀਤੀ, ਇਹ ਹੋਰਡਿੰਗਸ ਦੇ ਵਿੱਚ ਗੱਲਾਂ ਰਹਿ ਗਈਆਂ ਕਿ ਅਸੀਂ ਇਹ ਕੀਤਾ ਉਹ ਕੀਤਾ, ਕਿਹੜੇ ਮਸਲੇ ਹੱਲ ਕਰ ਰਿਹਾ ਵਾ। ਅਸੀਂ ਚਾਹੁੰਦੇ ਕਿ ਜਿਹੜੇ ਘਰਾਂ ਦੇ ਵਿੱਚ ਮਸਲੇ ਹੱਲ ਕਰ ਰਹੇ ਨੇ ਚੰਨੀ ਸਾਹਿਬ, ਉਹਨਾਂ ਹੱਲ ਕੀਤੇ ਮਸਲੇ ਜਿਹੜੇ ਹੱਲ ਕੀਤੇ ਉਹਨਾਂ ਘਰਾਂ 'ਚ ਸਾਡੇ ਘਰ ਵੀ ਆਉਣ। ਅਸੀਂ ਆਪਣੀ ਤਨਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਸਭ ਕੰਮ ਕੀਤਾ, ਲੇਕਿਨ ਸਰਕਾਰ ਨੂੰ ਸਾਡਾ ਕਦੇ ਦਿਖਦਾ ਨਹੀਂ ਆ। ਸਟ੍ਰਾਈਕ 'ਤੇ ਬੈਠੇ ਹਾਂ, ਲੋਕ ਸੜਕਾਂ 'ਤੇ ਰੁਲ ਰਹੇ ਆ, ਇਹਦੀ ਸਾਰੀ ਸਰਕਾਰ ਜ਼ਿੰਮੇਵਾਰ ਆ। ਚੰਨੀ ਸਰਕਾਰ ਵੈਸੇ ਤਾਂ ਲਾਰਿਆਂ ਦੀ ਸਰਕਾਰ ਮੰਨੀ ਜਾਂਦੀ ਆ, ਉਹ ਸਾਰੇ ਕਹਿ ਰਹੇ ਆ ਕਿ ਅਸੀਂ 36,000 ਮੁਲਾਜ਼ਮ ਪੱਕੇ ਕੀਤੇ, ਪਰ 36,000 ਦੇ ਵਿੱਚ ਸਾਡਾ 36 ਮੁਲਾਜ਼ਮ ਵੀ ਨਹੀਂ ਲਏ ਗਏ। ਹਰਿਆਣਾ ਪੈਟਰਨ ਸਾਡੇ 'ਤੇ ਲਾਗੂ ਕੀਤਾ ਜਾਵੇ ਅਤੇ ਅਸੀਂ ਕਹਿੰਦੇ ਹਾਂ ਪੰਜਾਬ ਸਰਕਾਰ ਉਸ ਪਾਲਿਸੀ ਨੂੰ ਪੰਜਾਬ ਵਿੱਚ ਵੀ ਲਾਗੂ ਕਰੇ ਅਤੇ ਸਾਨੂੰ ਰੈਗੂਲਰ ਕਰੇ। ਇਹਨੇ 'ਚ ਮੁਲਾਜ਼ਮਾਂ ਨਾਲ ਮਤਰੇਆਂ ਵਾਲਾ ਸਲੂਕ ਕਰ ਰਹੀ ਹੈ ਪੰਜਾਬ ਸਰਕਾਰ। ਜਦੋਂ ਲੋਕ ਆਪਣੇ ਘਰਾਂ ਦੇ ਵਿੱਚ ਸੀਗੇ, ਅਸੀਂ ਉਸ ਟਾਈਮ ਡਿਊਟੀ ਕੀਤੀ ਹੈ, 10-10 ਦਿਨ ਅਸੀਂ ਘਰੇ ਨਹੀਂ ਗਏ ਜੀ, ਆਪਣੇ ਬੱਚਿਆਂ ਦੇ ਕੋਲ ਨਹੀਂ ਗਏ। ਹੁਣ ਅੱਗੇ ਫਿਰ ਕਰੋਨਾ ਆ ਰਿਹਾ ਜੀ, ਸਰਕਾਰ ਫਿਰ ਅਸੀਂ ਉਹੀ ਕੰਮ ਕਰਨਾ, ਔਰ ਅਸੀਂ ਖੜ੍ਹੇ ਹਾਂ, ਪੂਰਾ ਕੰਮ ਕਰਾਂਗੇ, ਪਰ ਸਰਕਾਰ ਸਾਡੇ ਵੱਲ ਧਿਆਨ ਤਾਂ ਦੇਵੇ। ਨਮਸਤੇ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਤੁਹਾਡਾ ਦੀਪਤੀ ਸ਼ਰਮਾ। ਇਸ ਟਾਈਮ ਤੇ ਅਸੀਂ ਖੜੇ ਆ ਪਵਿਲੀਅਨ ਮਾਲ ਦੇ ਬਿਲਕੁਲ ਕੋਲ, ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਐਨਐਚਐਮ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਉਹ ਪੱਕੇ ਕੀਤੇ ਜਾਣ, ਤੇ ਇਹਨਾਂ ਦਾ ਕਹਿਣਾ ਹੈ ਕਿ ਆਪਾਂ ਇੰਨੇ 20-20 ਸਾਲਾਂ ਤੋਂ ਜਿਹੜੇ ਆਪਾਂ ਕੱਚੇ ਹੈ, ਤੇ ਆਪਾਂ ਕਰੋਨਾ ਦੇ ਟਾਈਮ ਤੇ ਵੀ ਬਹੁਤ ਜ਼ਿਆਦਾ ਜਿਹੜੀ ਹੈ ਲੋਕਾਂ ਦੀ ਸਹਾਇਤਾ ਕੀਤੀ ਹੈ ਜਦੋਂ ਲੋਕੀ ਘਰੇ ਬੈਠੇ ਸੀਗੇ, ਤੇ ਆਪਾਂ ਹੀ ਅੱਗੇ ਵੱਧ ਕੇ ਜਿਹੜੀ ਲੋਕਾਂ ਦੀ ਸਹਾਇਤਾ ਕਰਦੇ ਪਏ ਸੀਗੇ। ਤੇ ਇਸ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਜਿਹੜਾ ਪਵਿਲੀਅਨ ਮਾਲ ਦੇ ਸਾਹਮਣੇ ਜਿਹੜੀ ਲਾਈਟਾਂ ਪੈਂਦੀਆਂ, ਉੱਥੇ ਸਾਰਿਆਂ ਨੇ ਗੋਲ ਘੇਰਾ ਬਣਾ ਕੇ ਜਿਹੜਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਤੇ ਇਹਨਾਂ ਦਾ ਮੰਗ ਹੈ ਕਿ ਸਾਨੂੰ ਜਿਹੜਾ ਪੱਕਾ ਕੀਤਾ ਜਾਵੇ ਸਰਕਾਰ ਵੱਲੋਂ, ਕਿ ਸਰਕਾਰ ਵੱਲੋਂ ਹਮੇਸ਼ਾ ਸਾਨੂੰ ਸਿਰਫ ਇੱਕ ਲਾਰਾ ਲਾ ਦਿੱਤਾ ਜਾਂਦਾ ਕਿ ਆਪਾਂ ਤੁਹਾਨੂੰ ਪੱਕੇ ਕਰਾਂਗੇ, ਪਰ ਕੋਈ ਪੱਕੇ ਕਰਨ ਦੀ ਕੋਈ ਇਹਨਾਂ ਨੇ ਨੋਟੀਫਿਕੇਸ਼ਨ ਨਹੀਂ ਕੱਢਿਆ। ਤਾਂ ਕਿਹਾ ਜਾਂਦਾ 36,000 ਜਿਹੜੇ ਮੁਲਾਜ਼ਮ ਉਹ ਪੱਕੇ ਕੀਤੇ ਜਾਣਗੇ, ਪਰ ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਕੋਈ 36 ਮੁਲਾਜ਼ਮ ਵੀ ਜਿਹੜੇ ਦਿਖਾ ਦੇਣ ਕਿ ਜਿਹੜੇ ਇਹਨਾਂ ਨੇ ਪੱਕੇ ਕੀਤੇ ਆ। ਤੇ ਆਹ ਦਿਖਾਉਂਦੇ ਤੁਹਾਨੂੰ ਸਾਡੀ ਤਸਵੀਰਾਂ ਕਿ ਇੱਥੇ ਕਿੱਦਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਇੱਥੇ ਥੋੜ੍ਹੀ ਦੇਰ ਦੇ ਵਿੱਚ ਹੀ ਪੁਤਲਾ ਫੂਕ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਮੰਗ ਰੱਖੀ ਜਾ ਰਹੀ ਹੈ ਕਿਉਂਕਿ 2-3 ਹਫ਼ਤੇ ਹੋ ਗਏ ਨੇ ਤੁਸੀਂ ਇੱਥੇ ਹੀ ਬੈਠੇ ਹੋ ਇਸ ਟਾਈਮ ਤੇ। ਸਾਡੀ ਸਿਰਫ ਇੱਕੋ ਇੱਕ ਮੰਗ ਹੈ, ਰੈਗੂਲਰਾਈਜੇਸ਼ਨ। ਹਾਂਜੀ, ਇੱਕ ਗੱਲ ਕੀਤੀ ਜਾ ਰਹੀ ਹੈ ਹਰਿਆਣਾ ਪੈਟਰਨ ਦੀ, ਉਹ ਹਰਿਆਣਾ ਪੈਟਰਨ ਕੀ ਹੈ ਤੇ ਉਹਦੇ ਵਿੱਚ ਕੀ ਖਾਸੀਅਤ ਹੈ ਜੋ ਤੁਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਵੀ ਲੈ ਕੇ ਆਇਆ ਜਾਵੇ? ਉਹਦੇ ਵਿੱਚ ਉਹਨਾਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਵਾਲਾ ਜਿਹੜਾ ਪੈਟਰਨ ਆ ਉਹ ਲਾਗੂ ਕੀਤਾ ਹੋਇਆ, ਤੇ 10 ਸਾਲ ਵਾਲੇ ਆ ਜਿਹੜੇ ਉਹਨਾਂ ਨੇ ਪੱਕੇ ਕੀਤੇ ਆ, ਤੇ ਅਸੀਂ ਕਹਿੰਦੇ ਆ ਪੰਜਾਬ ਸਰਕਾਰ ਉਸ ਪਾਲਿਸੀ ਨੂੰ ਪੰਜਾਬ ਵਿੱਚ ਵੀ ਲਾਗੂ ਕਰੇ ਤੇ ਸਾਨੂੰ ਰੈਗੂਲਰ ਕਰੇ। ਜਿੱਦਾਂ ਕਿਹਾ ਜਾ ਰਿਹਾ ਕਿ 12-12, 13-13 ਸਾਲ ਪੁਰਾਣੇ ਜਿਹੜੇ ਲੋਕ ਇੱਥੇ ਕੰਮ ਕਰ ਰਹੇ ਆ, ਠੀਕ ਹੈ, ਪਰ ਉਹਨਾਂ ਨੂੰ ਹਜੇ ਤੱਕ ਪੱਕਾ ਨਹੀਂ ਕੀਤਾ ਗਿਆ, ਇੱਥੇ ਇਹ ਜਿਹੜੀ ਸਰਕਾਰ ਇਹ ਚੀਜ਼ਾਂ ਕਾਹਨੂੰ ਕਰਦੀ ਪਈ ਹੈ? 18-18, 20-20 ਸਾਲ ਹੋ ਗਿਆ ਸਾਨੂੰ ਇੱਥੇ ਕੰਮ ਕਰਦਿਆਂ ਨੂੰ, ਸਾਨੂੰ ਕਰੋਨਾ ਯੋਧਿਆਂ ਦਾ ਵੀ ਟੈਗ ਦਿੱਤਾ। ਸਰਕਾਰਾਂ ਆਉਂਦੀਆਂ ਨੇ ਬਦਲਦੀਆਂ ਨੇ, ਕਾਂਗਰਸ ਆ ਗਈ, ਅਕਾਲੀ ਆ ਗਏ, ਕਦੇ ਕਾਂਗਰਸ ਆ ਗਈ, ਇਹੀ ਆ ਰਹੀਆਂ ਨੇ ਨਾ। ਇਹਨਾਂ ਨੇ ਸਾਨੂੰ ਹਮੇਸ਼ਾ ਹੀ ਬੇਵਕੂਫ ਬਣਾਇਆ।
जिन्नी वेरी भी असी इस मतलब के एक्ट के पिछले साल चार साल पहला बादल सरकार ने सानू ऑर्डिनेंस तक लै गए, असी लड्डू भी वंडे बैठे भी रहे, पर बाद ने वो एक्ट लागू ही नहीं किया। मुकर गए उस टाइम बिल्कुल मुकर गए सी। इस बार कानून बनाया 36,000 मुलाजम किए, सानू उस एक्ट के पाया ही नहीं। 15,500 मुलाजम ना लिस्ट में ही नहीं है। जिदा के देखा जा रहा है इस टाइम तो अद्धा पंजाब जिहड़ा प्रोटेस्ट कर रहा है या टीचर्स स्टूडेंट्स जां ला लो सिविल सर्जन जिन्हें भी ताडे मुलाजम ने, पर इत्थे गल कीती जा रही है कि उन्हां दे वल्लों लारा ला दिता जांदा सरकार वल्लों पर पूरा नहीं किया जाता, तो बड़े वड्डे पोस्टर्स लाए जा रहे। पोस्टर्स विच ही रह गईआं ने जी, उन्होंने सिर्फ एक मशहूरी की ये होर्डिंग्स विच ही गल्लां रह गईआं कि असीं ये किया वो किया, किहड़े मसले हल कर रहे वा। असीं चाहुंदे कि जिहड़े घरां दे विच मसले हल कर रहे ने चन्नी साहब उन्हां हल मसले जिहड़े हल किए उन्हां घरां च साडे घर भी आउण। असीं भी इसे राज दे ही लोग हाँ, असी इसे स्टेट दे, असी कोई बाहर दे नहीं है। ठीक है, साढ़े NHM नूं कहा जाता सेंटर की स्कीम है, ठीक है असी मानते हैं, लेकिन काम तो असी सरकार दा कर रहे ना, साढ़े तो अपना ही काम करवा रहे हैं। असी एक बंदा चार चार जणियां दा काम कर रहा, NHM साढ़े मुलाजम जिन्हें भी है कोई कदे काम तो नहीं भजया पूरी उन्होंने। जिन्ना हुण देखो कोविड काल सीगा, साढ़े मुलाजम घरों तो बाहर भी रहे ने। यह जो टाइम सीगा जो मरीज आता सी तो उन्होंने घर दे उन्होंने साथ छड्ड गए, लेकिन साडे जिहड़े करोना इन्हों दिता करोना योद्धा ने सानू इन्होंने टैग दिता, असी अपनी तनदेही नाल पूरी ईमानदारी सब काम किया, लेकिन सरकार नू साडा कदे दिखदा नहीं आ। फिर तो जिहड़ा आ कोविड का फिर तो जिहड़ा एक वेरियंट आ चुका है ओमिक्रोन जिहड़ा कह रहे खतरनाक आ, तो हुण तुसीं स्ट्राइक ते हो, फिर लोगों को तुहाडी जरूरत आ, फिर लोग चाहते सानू चाहे जल्दी तो जल्दी सरकार साडियां मंगा मन्ने तां कि असी लोकां नूं सेवा दे सकीए ना। असी पहलां भी पिछे नहीं हटे, हुण भी पिछे नहीं हटांगे। इस सरकार नूं चाहीदा ये सारी कुछ भी जो भी हो रहा, असी स्ट्राइक ते बैठे हाँ, लोग सड़कां ते रुल रहे हैं, इहदी सारी सरकार जिम्मेवार है। चन्नी सरकार वैसे तो लारियां दी सरकार मन्नी जाती है, वो सारे कह रहे हैं कि असी 36,000 मुलाजम पक्के किए, पर 36,000 दे विच साडा 36 मुलाजम भी नहीं ले गए। सानू यही साडी यही रिक्वेस्ट है सरकार नूं कि साडियां मंगां जल्दी मन्नियां जाण ते सानू जल्दी तो जल्दी पक्का किया जाए, हरियाणा पैटर्न साडे ते लागू किया जाए तां जो असी लोकां नूं परेशान ना करिए ते जल्दी तो जल्दी सेहत सहूलतां जिहड़ियां। चन्नी सरकार कहिंदी है कि ਆਪਾਂ ਐਲਾਨ ਜਿੱਤਨੀ ਆਪਾਂ ਵਿਸ਼ਵਾਸ ਜਿੱਤਾ ਕਿ ਆਪਾਂ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਦੇ ਕੀ ਕਹੂੰ। ਦੇਖੋ ਹੁਣ ਤਾਂ ਇਹ ਤਾਂ ਸਿਰਫ ਹੁਣ ਤੱਕ ਸਾਨੂੰ ਲੋਲੀਪੌਪ ਹੀ ਦਿੱਤੇ ਆ ਚੰਨੀ ਸਰਕਾਰ ਨੇ। ਚੰਨੀ ਸਰਕਾਰ ਘਰ ਘਰ ਬੂਹਾ ਖੜਕਾਉਂਦੇ ਆ ਚਾਹ ਦੇ ਲਈ, ਕਰੇ ਸਾਡੇ NHM ਦਾ ਦਰਵਾਜ਼ਾ ਖੜਕਾ ਕੇ ਦੇਖਣ ਤੇ ਅਸੀਂ ਉਹਨਾਂ ਨੂੰ ਪੂਰੀ ਬਾਲਟੀ ਹੋਈ ਚਾਹ ਦੀ ਪਿਲਾ ਦਾਂਗੇ। ਠੀਕ ਹੈ ਨਾ, ਸਾਡੀ ਇੱਕੋ ਇੱਕ ਮੰਗ ਆ ਰੈਗੂਲਾਈਜੇਸ਼ਨ ਦੀ, ਉਹ ਸਾਡੀ ਇੱਕ ਵਾਰੀ ਸੁਣ ਲੈਣ, ਪਰ ਇਹ ਬੋਲੀਆਂ ਸਰਕਾਰਾਂ ਨੇ ਇਹ ਕੰਨਾਂ ਦੇ ਕੰਨਾਂ 'ਤੇ ਜੂੰ ਬਿਲਕੁਲ ਨਹੀਂ ਸਰਕਦੀ। ਚੰਨੀ ਸਰਕਾਰ ਨਹੀਂ ਅੰਨੀ ਸਰਕਾਰ ਹੈ ਜੀ ਇਹ, जो सब कुछ देखते हुए भी जानबूझ के अन्नी बनी हुई है, सब कुछ उन्होंने दिख रहा है कि किस तरह असं प्रोटेस्ट कर रहे हैं। अगर सरकार साड़ियां मंगा साढ़े काम में देख के कर लेना मन लैन, सानू इत्थे तक आने की कोई जरूरत नहीं है। साडा दिल नहीं करता असी सड़कां ते रोलिए, साडा दिल नहीं करता असी अपने मरीज खराब करिए, सानू लोकां दा मुर्दाबाद 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 पंजाब सरकार मुर्दाबाद मुर्दाबाद मुर्दाबाद। पर मैडम इत्थे गल की जा रही है कि चन्नी सरकार वालों रात को भी टाइम कढ़ के लोगों में गलबात की जाती है, तो इदा भी उन्होंने कोई भी कॉन्फ्रेंस प्रेस कॉन्फ्रेंस की जाती, उन्होंने कहा जाता है कि भाई आप मुलाजमान का बड़ा ध्यान रखते हैं, आप हित मतलब कि उन्होंने हित के खड़ते हैं, इनू फिर तुम किस हिसाब से देखते हो कि वह उत्थे झूठ बोल रहे हैं कि बस उन्होंने वोटों के करके कुछ इदा का हिसाब है। सारा सिस्टम ही वोटों का ही, हालांकि साढ़े तक तो हजे तक लॉलीपॉप ही पहुंचा, हजे तक साढ़े ना सर भी जो भी सरकार साढ़े ना मीटिंग करती है सिर्फ सानू सेंटर के मुलाजम कह के ही कहा जाता है, इदू बद के सानू कोई भी भरोसा नहीं दवाया जाता, बस हो रहा ताडा काम हो रहा है ताडा काम, एक वो लॉलीपॉप जरूर आ साढ़े कोल। इन्हें जो मुलाजमान नाल मतरेयां वाला सलूक कर रही है पंजाब सरकार। सर इत्थे गल कीती जा रही कि मुलाजम पूरे पंजाब च बैठे ने, किन्ने के मुलाजम जिहड़े पंजाब च ते लुधियाने दे विच इस टाइम ते स्ट्राइक ते ने? पंजाब च 12,500 टोटल मुलाजम है NHM दा। मैं लैब टेक्नीशन जतेंद्र कुमार TV डिपार्टमेंट RNDC तो पिछले 18 सालों तो मैं लगातार सेवा निभा रहा TV डिपार्टमेंट के, असी सब तो पुराने हाँ जी NHM के, तो असी सरकार तो मंग करते हैं कि पहल के आधार पर सानू पक्का किया जाए, क्योंकि कोविड के असी पूरे जन मनो तनो काम किया, जो तो लोग अपने घर के असी उस टाइम ड्यूटी की है 10-10 दिन असं घर नहीं गए जी, अपने बच्चों के कोल नहीं गए, उस समय साडा तो जी हक पहले बनता, सानू सब तो पहले सरकार को पक्का करना चाहिए। हुण अगे फिर करोना आ रहा जी, सरकार फिर असी वही काम करना और असी खड़े हैं पूरा काम करांगे, पर सरकार साडे वल ध्यान तो दे, असी पूरा तनमन नाल हुण भी काम करांगे, पर थोड़ा जिहा सोचे सरकार सानू रैगूलर करे जी। एक मैंबर जे मतलब मुख्यमंत्री मीटिंग च हाजिर होंदे ने तां डायरेक्टर
MD है वो एबसेंट होंगे, कोई ना कोई वो एबसेंट होंगे तो प्रॉपर फैसला नहीं लिया जा सकता। मतलब कि मीटिंग वास्ते बुला के भी उन्होंने कोई ना कोई जो एक जो मेन हैड है वो एबसेंट एबसेंट रहा जी। ये जो मुलाजम जिन्हें 2 हफ्ते तो उपर टाइम होने वाला है तो इन्हों का कहना है कि सानू कच्चे जो मुलाजम ने उन्होंने पक्का किया जाए। इतने 18-20 साल पुराने भी जो मुलाजम बैठे ने तो उन्होंने कहना है कि सानू सिर्फ पक्का किया जाए। इन्होंने ये भी कहा है कि सानू इतने योद्धा जिहड़ा इन्होंने डिक्लेयर किया अपन वो चीज़ नहीं चाहिए, सानू जे रेगुलेशन के हिसाब न जो सानू पक्का कर दिया जावे आप बहुत खुश हाँ। तो तुम भी दसो कि जेडे अज जो प्रोटेस्ट किया जा रहा है बहुत दिनों तो जो प्रोटेस्ट इधर चलता पे कि तुहाडा की कहना है ये कि सरकार इन्हां नू पक्के कर देना चाहिए क्योंकि उही लोग ने जिन्हां ने कोरोना के बीच सब तो पहले अगे वध के जिहड़ी है लोगों की मदद की सी। जो सारे लोग घरे सीगे तां उदों इही मुलाजम सीगे जिहड़े सारे दे अगे वध के मदद कर रहे सी। तो हुण वैसे भी एक ओमिक्रोन जिहड़ा वेरियंट है जिहड़ा आ चुका है तो कह रहे बहुत खतरनाक वेरियंट है उन्होंने जोड़े लोगों को इन्हों की सहायता की पूरी लड़ है। तो इतने होने भी अपडेट्स वैसे जुड़े रहो द सिटी हेडलाइंस। मैं हाँ दीप्ति शर्मा कैमरामैन सौरभ वर्मा के नाल।